ਤੇ ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਸਮਝਦਾਰ ਦੀ ਯੂਟਿਊਬ ਚੈਨਲ 'ਤੇ। ਜੇ ਹਾਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਵੱਧਦੇ ਹਾਂ ਵੀਡੀਓ ਵੱਲ। ਅਤੇ ਅੱਜ ਆਪਾਂ ਗੱਲ ਕਰਾਂਗੇ ਜੀ ਫਿਰ ਤੋਂ ਮੂਸਟੇਪ ਬਾਰੇ। ਮੂਸਟੇਪ ਆ ਰਹੀ ਹੈ ਜੀ 15 ਮਈ ਨੂੰ, ਅਤੇ ਫੈਨਸ 'ਚ ਬਹੁਤ ਜ਼ਿਆਦਾ ਐਕਸਾਈਟਮੈਂਟ ਇਸ ਨੂੰ ਲੈ ਕੇ। ਅਤੇ ਪਹਿਲਾਂ ਬਾਈ ਨੇ ਇੱਕ ਟੀਜ਼ਰ ਲਾਂਚ ਕੀਤਾ ਸੀ, ਅਤੇ ਅੱਜ ਉਹਨਾਂ ਨੇ ਇੱਕ ਟ੍ਰੇਲਰ ਪਾ ਦਿੱਤਾ ਹੈ ਅਤੇ ਕਿਹਾ ਹੈ ਜੀ ਮੂਸਟੇਪ ਇੱਕ ਐਲਬਮ ਨਹੀਂ, ਇੱਕ ਮੂਵੀ ਦੀ ਤਰ੍ਹਾਂ ਹੀ ਲਾਂਚ ਕਰੂੰਗਾ ਜੀ। ਅੱਜ ਟ੍ਰੇਲਰ ਪਾ ਦਿੱਤਾ, ਉਸਦਾ ਰਿਸਪੋਂਸ ਬਹੁਤ ਵਧੀਆ ਜਾ ਰਿਹਾ। ਉਸ ਟ੍ਰੇਲਰ ਦੇ ਵਿੱਚ ਇੱਕ ਜਿਹੜੀ ਚੀਜ਼ ਦੇਖਣ ਨੂੰ ਮਿਲੀ ਉਹ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਸੀ ਜੀ। ਉਹਦੇ ਵਿੱਚ ਇੱਕ ਫੋਟੋ ਤੁਸੀਂ ਦੇਖ ਸਕਦੇ ਹੋ, ਉਹਦੇ ਵਿੱਚ ਲਿਖਿਆ ਹੈ ਨੋਟਿਸ ਨੋ ਵਾਰਨਿੰਗ ਸ਼ੋਟਸ ਫਾਇਰ ਇਨ ਦਿਸ ਯੂਨਿਟ। ਇੱਕ ਗਾਣਾ ਆਇਆ ਸੀ ਵਾਰਨਿੰਗ ਸ਼ੋਟ, ਜਿਸ ਤੋਂ ਲੜਾਈ ਹੋਈ ਸੀ ਉਹਨਾਂ ਦੀ ਕਰਨ ਔਜਲਾ ਬਾਈ ਨਾਲ, ਮਤਲਬ ਉੱਥੋਂ ਹੀ ਸਾਰੀ ਕਹਾਣੀ ਸ਼ੁਰੂ ਹੋਈ ਸੀ। ਅਤੇ ਵਾਰਨਿੰਗ ਸ਼ੋਟਸ ਦੇ ਵਿੱਚ ਉਹਨਾਂ ਨੇ ਬਸ ਇਹ ਕਿਹਾ ਸੀ ਇਹ ਬਸ ਹਲੇ ਵਾਰਨਿੰਗ ਆ, ਅਤੇ ਉਹਨਾਂ ਨੇ ਬਹੁਤ ਕੁਛ ਬੋਲਿਆ ਸੀ ਉਸ ਗਾਣੇ ਦੇ ਵਿੱਚ। ਪਰ ਇਸ ਦੇ ਵਿੱਚ ਅੱਜ ਟ੍ਰੇਲਰ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਹੈ ਕਿ ਨੋ ਵਾਰਨਿੰਗ ਸ਼ੋਟਸ ਫਾਇਰ ਇਨ ਦਿਸ ਯੂਨਿਟ। ਮਤਲਬ ਹੁਣ ਕਹਿਣਾ ਕੀ ਚਾਹ ਰਹੇ ਹੈ, ਹੁਣ ਇਹ ਤਾਂ ਸਾਰੀ ਐਲਬਮ ਦੇ ਵਿੱਚ ਹੀ ਪਤਾ ਲੱਗੇਗਾ ਕਿ ਇਹ ਰਿਪਲਾਈ ਦੇਣਾ ਚਾਹ ਰਿਹਾ ਜਾਂ ਨਹੀਂ ਦੇਣਾ ਚਾਹ ਰਹੇ, ਜਾਂ ਇਹ ਕਹਿਣਾ ਚਾਹ ਰਹੇ ਕਿ ਇਸ ਐਲਬਮ ਦੇ ਵਿੱਚ ਮੈਂ ਕਿਸੇ ਨੂੰ ਰਿਪਲਾਈ ਨਹੀਂ ਕੀਤਾ। ਹੁਣ ਇਹ ਦੇਖਣ ਵਾਲੀ ਗੱਲ ਹੋਏਗੀ 15 ਮਈ ਨੂੰ। ਅਤੇ ਤੁਸੀਂ ਕਿੰਨਾ ਜ਼ਿਆਦਾ ਐਕਸਾਈਟਡ ਜੇ ਇਸ ਐਲਬਮ ਨੂੰ ਲੈ ਕੇ, ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਅਤੇ ਇਹੋ ਜਿਹੀ ਅਪਡੇਟਸ ਵਾਸਤੇ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ। ਅਤੇ ਮਿਲਦੇ ਨੈਕਸਟ ਵੀਡੀਓ ਵਿੱਚ, ਜਦੋਂ ਤੱਕ ਬਾਏ ਬਾਏ।